ਲਿਖਿਆ ਬਿਨਾਂ ਉਲਾਂਭੇ ਦੇ। ਉਹ ਇੱਦਾਂ ਨਹੀਂ ਕਰਦਾ ਜਿਹੜਾ ਸੱਚਾ ਪਰਮੇਸ਼ਵਰ ਹੈ ਨਾ, ਜਿਹੜਾ ਸਾਡਾ ਪਰਮੇਸ਼ਵਰ ਹੈ। ਜਦੋਂ ਅਸੀਂ ਉਹਦੇ ਤੋਂ ਸਲਾਹ ਮੰਗਦੇ, ਉਹ ਸਲਾਹ ਵੀ ਸਾਨੂੰ ਨੇਕ ਦਿੰਦਾ, ਖਰੀ ਦਿੰਦਾ, ਔਰ ਉਲਾਂਭਾ ਵੀ ਕਦੀ ਨਹੀਂ ਦਿੰਦਾ, ਮਿਹਣਾ ਵੀ ਕਦੀ ਨਹੀਂ ਦਿੰਦਾ, ਬਲੈਕਮੇਲ ਵੀ ਕਦੀ ਨਹੀਂ ਕਰਦਾ। ਇਸ ਲਈ ਜਦੋਂ ਕੁਛ ਨਾ ਸਮਝ ਆਏ, ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਗੋਡੇ ਟੇਕੋ, ਔਰ ਉਸ ਵੇਲੇ ਪਰਮੇਸ਼ਵਰ ਤੋਂ ਮੰਗੋ ਕਿ ਪ੍ਰਭੂ ਜੀ ਮੈਨੂੰ ਕੋਈ ਰਸਤਾ ਨਜ਼ਰ ਨਹੀਂ ਆਉਂਦਾ, ਔਰ ਪ੍ਰਭੂ ਯਿਸੂ ਮਸੀਹ ਜੀ ਨੇ ਤਾਂ ਕਿਹਾ ਰਾਹ ਸੱਚਾਈ ਅਤੇ ਜੀਵਨ ਮੈਂ ਹਾਂ, ਇਹ ਮੇਰੇ ਖੁਦਾਵੰਦ ਖੁਦਾ ਮੈਨੂੰ ਰਸਤਾ ਨਜ਼ਰ ਆਏ ਕਿ ਮੈਂ ਕਿੱਦਾਂ ਇਸ ਸਮੱਸਿਆ 'ਚੋਂ ਬਾਹਰ ਨਿਕਲਾਂ, ਮੈਨੂੰ ਦੱਸੋ ਮੈਂ ਕਿੱਦਾਂ ਆਪਣੀ ਫੈਮਿਲੀ ਨੂੰ ਹੈਂਡਲ ਕਰਾਂ, ਮੈਨੂੰ ਮੇਰੀ ਫੈਮਿਲੀ ਹੈਂਡਲ ਕਰਨੀ ਸਿਖਾਓ, ਮੈਨੂੰ ਮੇਰੇ ਬੱਚੇ ਹੈਂਡਲ ਕਰਨੇ ਸਿਖਾਓ, ਮੈਂ ਕਿੱਦਾਂ ਆਪਣੇ ਹਸਬੈਂਡ ਨੂੰ ਪਲੀਜ਼ ਕਰਨਾ, ਕਿੱਦਾਂ ਖੁਸ਼ ਕਰਨਾ ਮੈਨੂੰ ਸਿਖਾਓ, ਮੈਂ ਆਪਣੇ ਸੱਸ ਸਹੁਰੇ ਨੂੰ ਇਨ ਲੋਸ ਫੈਮਿਲੀ ਨੂੰ ਕਿੱਦਾਂ ਹੈਂਡਲ ਕਰਨਾ ਮੈਨੂੰ ਸਿਖਾਓ, ਇੱਕ ਚੰਗੀ ਬੇਟੀ ਹੋਣ ਦੇ ਨਾਤੇ ਕਿੱਦਾਂ ਮੈਂ ਆਪਣੇ ਮਾਪਿਆਂ ਨੂੰ ਖੁਸ਼ ਰੱਖਣਾ ਮੈਨੂੰ ਸਿਖਾਓ, ਇੱਕ ਚੰਗਾ ਇੰਪਲੋਏ ਹੋਣ ਦੇ ਨਾਤੇ ਮੈਂ ਕਿੱਦਾਂ ਚੰਗੀ ਜੋਬ ਕਰ ਸਕਦਾ ਮੈਨੂੰ ਸਿਖਾਓ, ਮੈਂ ਇੱਕ ਚੰਗਾ ਸਟੂਡੈਂਟ ਹੋਣ ਦੇ ਨਾਤੇ ਕਿੱਦਾਂ ਪੜ੍ਹਾਈ ਵਿੱਚ ਅੱਗੇ ਵੱਧ ਸਕਦਾ ਪ੍ਰਭੂ ਮੈਨੂੰ ਸਿਖਾਓ। ਤੁਸੀਂ ਕਿਸੇ ਵੀ ਫੀਲਡ ਦੇ ਵਿੱਚ ਜਾਂ ਕਿਸੇ ਵੀ ਏਜ ਦੇ ਵਿੱਚ ਜਾਂ ਉਸ ਪਰਮੇਸ਼ਵਰ ਨੂੰ ਸਭ ਤਜ਼ਰਬੇ ਆ, ਕਿਉਂਕਿ ਤਜ਼ਰਬੇ ਨਿਕਲਦੇ ਹੀ ਉਹਦੇ ਵਿੱਚੋਂ ਆ, ਇਸ ਲਈ ਕਿਹਾ ਜਾਂਦਾ ਉਹ ਬਜ਼ੁਰਗੀ ਦਾ ਪਰਮੇਸ਼ਵਰ ਆ। ਹਾਲੇਲੂਇਆ। ਔਰ ਉਹ ਸਭ ਮੁਸ਼ਕਿਲਾਂ ਦੇ ਹੱਲ ਜਿਹੜੇ ਆ ਨਾ ਉਹਦੇ ਕੋਲ ਆ, ਔਰ ਉਹ ਤੁਹਾਨੂੰ ਸਿਖਾਉਣ ਦੇ ਲਈ ਰਾਜ਼ੀ ਆ, ਪਰ ਉਹ ਚਾਹੁੰਦਾ ਕਿ ਅਸੀਂ ਉਹਦੀ ਹਜ਼ੂਰੀ 'ਚ ਬੈਠੀਏ। ਅੱਜ ਸਾਡੀ ਪ੍ਰੋਬਲਮ ਕੀ ਆ? ਅਸੀਂ ਪ੍ਰਾਰਥਨਾ ਨਹੀਂ ਕਰਦੇ, ਅਸੀਂ ਚਾਹੁੰਦੇ ਸਾਨੂੰ ਕੀਤਾ ਕਿਰਾਇਆ ਲੱਭ ਜਾਏ, ਸਾਡਾ ਮਿਹਨਤ ਕਰਨ ਨੂੰ ਦਿਲ ਨਹੀਂ ਕਰਦਾ। ਅਤੇ ਜਿਹੜਾ ਨਿਆਣਾ ਪੜੂਗਾ ਨਹੀਂ, ਉਹ ਪਰਚਿਆਂ 'ਚੋਂ ਪਾਸ ਕਿੱਦਾਂ ਹੋਊਗਾ? ਕਿੱਦਾਂ ਉਹ ਅਗਲੀ ਜਮਾਤ ਦੇ ਵਿੱਚ ਜਾਊਗਾ? ਕਿੱਦਾਂ ਕਿਸੇ ਸਵਾਲ ਦਾ ਉਹ ਜਵਾਬ ਦੇ ਸਕੂਗਾ? ਕਿੱਦਾਂ ਉਹ ਹੱਲ ਕੱਢੂਗਾ ਜੇ ਉਹ ਪੜੂਗਾ ਨਹੀਂ? ਤੁਸੀਂ ਦੇਖੋ, ਜੇ ਤੁਸੀਂ ਕਿਸੇ ਡਾਕਟਰ ਦੇ ਜਾਂਦੇ ਆ, ਉਹ ਐਡਾ ਤੇ ਅੰਤਰਜਾਮੀ ਹੁੰਦਾ ਨਹੀਂ ਨਾ ਵੀ ਤੁਹਾਨੂੰ ਦੇਖ ਕੇ ਕਵੇ ਅੱਛਾ ਤੇਰੇ ਪੱਥਰੀਆਂ ਆ। ਤੁਹਾਨੂੰ ਦੱਸਣਾ ਪੈਂਦਾ ਵੀ ਮੇਰੇ ਦਰਦ ਪੈਂਦੀ, ਉਹ ਕਹਿੰਦਾ ਜਾ ਕੇ ਸਕੈਨ ਕਰਾ, ਫਿਰ ਉਹ ਕਹਿੰਦਾ ਅੱਛਾ ਤੇਰੇ ਪੱਥਰੀਆਂ ਆ। ਤੁਹਾਨੂੰ ਪਰਮੇਸ਼ਵਰ ਦੇ ਕੋਲ ਜਾਣਾ ਪੈਣਾ ਆ, ਤੁਹਾਨੂੰ ਜਾ ਕੇ ਆਪਣੀ ਸਮੱਸਿਆ ਦੱਸਣੀ ਪੈਣੀ ਆ। ਔਰ ਉਹ ਇਹੋ ਜਿਹਾ ਵੈਦ ਆ ਬਿਨਾਂ ਸਰਜਰੀਜ਼ ਦੇ ਸਾਰਾ ਕੁਛ ਹੀਲ ਕਰਨ ਦੇ ਲਈ ਸਮਰਥੀ ਆ। ਹਾਲੇਲੂਇਆ। ਬਿਨਾਂ ਓਪਰੇਸ਼ਨ ਦੇ ਤੁਹਾਨੂੰ ਚੰਗਾ ਕਰਨ ਦੇ ਲਈ ਸਮਰਥੀ ਆ। ਬਿਨਾਂ ਤਵੀਤ ਦਿੱਤਿਆਂ ਤੁਹਾਡੇ ਉੱਤੋਂ ਜਾਦੂ ਟੋਣੇ ਦੀਆਂ ਸ਼ਕਤੀਆਂ ਨੂੰ ਤੋੜ ਦੇਣ ਦੇ ਲਈ ਉਹ ਸਮਰਥੀ ਆ, ਕਿਉਂਕਿ ਵਚਨ ਸਾਨੂੰ ਦੱਸਦਾ ਆ ਪਰਮੇਸ਼ਵਰ ਸਰਵ ਸ਼ਕਤੀਮਾਨ ਆ, ਅਰਥਾਤ ਸਾਰੀਆਂ ਸ਼ਕਤੀਆਂ ਉਹਦੀ ਅਧੀਨਗੀ ਦੇ ਵਿੱਚ ਆ। ਹਾਲੇਲੂਇਆ।